गुर सतगुर की बटे Thank you.
सब आने Yeah.
सतगुरु की वडियाई ਵਾਸਤੇ ਰੋਗ ਆਪ ਖੁਦ ਪ੍ਰੇਰਨਾ ਦਿੰਦਾ ਕਿਉਂਕਿ ਪੀੜਾ ਹੁੰਦੀ ਹੈ ਜਦੋਂ ਕੋਈ ਪੀੜਾ ਹੋਵੇ ਨਾ ਉਦੋਂ ਮਨੁੱਖ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਇਹ ਪੀੜਾ ਕਿਉਂ ਹੈ ਪੀੜਾ ਸਿੱਧੀ ਮਨੁੱਖ ਦੇ ਜੀਵਨ ਨਾਲ ਸੰਬੰਧ ਰੱਖਦੀ ਹੈ ਔਰ ਤਕਲੀਫ ਦਾ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਨਾ ਉਹਨੂੰ ਦਿਨੇ ਚੈਨ ਆਉਂਦੀ ਨਾ ਉਹਨੂੰ ਰਾਤ ਨੀਂਦ ਆਉਂਦੀ ਨਾ ਕੋਈ ਖਾਣਾ ਚੰਗਾ ਲੱਗਦਾ ਨਾ ਪਹਿਨਣਾ ਚੰਗਾ ਲੱਗਦਾ ਨਾ ਕਿਸੇ ਦੋਸਤਾਂ ਮਿੱਤਰਾਂ ਵਿੱਚ ਬਹਿਣ ਨਾਲ ਉਹ ਇੰਜੋਏ ਕਰਦਾ ਕਿਉਂਕਿ ਪੀੜਾ ਹਰ ਵਕਤ ਚੱਲਦੀ ਰਹਿੰਦੀ ਉਹਦੀ ਮਸਲਨ ਦੁਨੀਆ ਹੀ ਖਤਮ ਹੋ ਜਾਂਦੀ ਹੈ ਉਹਦਾ ਆਪਣਾ ਸਮਾਜ ਆਪਣਾ ਸੰਸਾਰ ਹੀ ਮਿਟ ਜਾਂਦਾ ਹੈ ਜਿਸ ਸੰਸਾਰ ਵਿੱਚ ਉਹ ਜੀਉ ਰਿਹਾ ਹੁੰਦਾ ਉਹਦਾ ਉਹਨੂੰ ਕੋਈ ਸੁੱਖ ਨਹੀਂ ਪ੍ਰਤੀਤ ਹੁੰਦਾ ਜਿਹਨੂੰ ਪੀੜਾ ਹੋਵੇ ਇਸੇ ਲਈ ਜਦੋਂ ਪੀੜਾ ਹੁੰਦੀ ਹੈ ਮਨੁੱਖ ਸੋਚੀ ਪੈ ਜਾਂਦਾ ਪੀੜਾ ਕਿਉਂ ਹੈ ਮੈਂ ਇਸ ਰੋਗ ਨੂੰ ਜਾਣਾ ਰੋਗ ਨੂੰ ਜਾਣਾ ਡਾਕਟਰ ਵੀ ਪਹਿਲਾਂ ਰੋਗ ਨੂੰ ਜਾਣਦਾ ਪੀੜਾ ਤਾਂ ਉਹਨੂੰ ਮਰੀਜ਼ ਨੇ ਪੇਸ਼ੈਂਟ ਨੇ ਦੱਸ ਦਿੱਤੀ ਹੈ ਕਿ ਮੈਨੂੰ ਪੀੜਾ ਇੱਥੇ ਹੈ ਉਹ ਕਿਉਂ ਹੈ ਇਹ ਗੱਲ ਡਾਕਟਰ ਪਹਿਲਾਂ ਜਾਣਦਾ ਜਾਣਾ ਚਾਹੁੰਦਾ ਇਹ ਪੀੜਾ ਕਿਉਂ ਹੈ ਮਨੁੱਖ ਦੀ ਆਮ ਜ਼ਿੰਦਗੀ ਦੀ ਕਹਾਣੀ ਦਾਰੂ ਤਾਂ ਬਾਅਦ ਵਿੱਚ ਹੀ ਨਿਸ਼ਚਿਤ ਕਰਨਾ ਹੈ ਨਾ ਪਹਿਲਾਂ ਰੋਗ ਜਾਣਨਾ ਹੈ ਗੁਰੂ ਨੇ ਬਾਣੀ ਵਿੱਚ ਹਰ ਗੱਲ ਦਾ ਜਵਾਬ ਦਿੱਤਾ ਕਹਿਣ ਲੱਗੇ ਵੈਦਾ ਵੈਦ ਸਵੈਦ ਤੂੰ ਲਫ਼ਜ਼ ਅੱਗੇ ਪਹਿਲਾਂ ਵਰਤੇ ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ ਉਸ ਤੋਂ ਬਾਅਦ ਹੈ ਐਸਾ ਦਾਰੂ ਰੋਗ ਲਓ ਗੁਰਬਾਣੀ ਦੀ ਤਰਤੀਬ ਕਿੰਨੀ ਖੂਬਸੂਰਤ ਹੈ ਪਹਿਲਾਂ ਰੋਗ ਪਛਾਣ ਫਿਰ ਹੈ ਐਸਾ ਦਾਰੂ ਰੋਗ ਲਓ ਜਿਤ ਵੰਜੇ ਰੋਗਾ ਕਾਂਡ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ ਉਹਦੇ ਵਿੱਚ ਵੀ ਰੋਗ ਦਾ ਨਾਮ ਪਹਿਲਾ ਹੈ ਇੱਥੋਂ ਇਹ ਵੀ ਸਾਬਤ ਹੁੰਦਾ ਹੈ ਕਿਉਂਕਿ ਮੈਂ ਤਰਤੀਬ ਨਾਲ ਚੱਲਣਾ ਚਾਹਾਂ ਇੱਥੋਂ ਇਹ ਤੇ ਸਾਬਤ ਹੁੰਦਾ ਹੈ ਨਾ ਪਹਿਲਾਂ ਰੋਗ ਦੀ ਪਛਾਣ ਜ਼ਰੂਰ ਜਿਹੜੀ ਵੀ ਪੀੜਾ ਹੈ ਉਹਦੇ ਰੋਗ ਦੀ ਪਛਾਣ ਫਿਰ ਹੁੰਦਾ ਦਾਰੂ ਹੁਣ ਅੱਜ ਦਾ ਸ਼ਬਦ ਜਿਹੜਾ ਹੈ ਇਹਨੂੰ ਆਪਾਂ ਇਸ ਨਜ਼ਰੀਏ ਨਾਲ ਵਿਚਾਰੀਏ ਇਸ ਨਜ਼ਰੀਏ ਨਾਲ ਵਿਚਾਰੀਏ ਕਦੀ
ਗੁਰੂ ਦੀਆਂ ਸਿਫਤਾਂ ਦੇ ਸ਼ਬਦ ਮੈਂ ਪੜ੍ਹਦੇ ਸਨ ਅਤੇ ਉਹ ਲੋਕ ਲੋਰੀ ਸਮਝਦੇ ਸਨ। ਪਿਛਲੇ ਦਿਨ ਚੜ੍ਹ ਕੀਤੇ ਸੀ ਲੋਰੀ ਸਵਾਣ ਲਈ ਹੁੰਦੀ ਹੈ, ਮਾਂ ਲੋਰੀ ਦਿੰਦੀ ਬੱਚਿਆਂ ਨੂੰ ਸਵਾਣ ਲਈ, ਜਗਾਉਣ ਲਈ ਨਹੀਂ ਹੁੰਦੀ, ਸਵਾਣ ਲਈ ਹੁੰਦੀ। ਤੇ ਹੁਣ ਜਦੋਂ ਜਗਾਉਣ ਲਈ ਕੁਝ ਪੜੀਦਾ ਹੈ ਤੇ ਕਹਿੰਦੇ ਨੇ ਜੀ ਉਹ ਸ਼ਬਦ ਬੜੇ ਚੰਗੇ ਲੱਗਦੇ ਸਨ ਜਿਹੜੇ ਲੋਰੀਆਂ ਵਾਂਗੂ ਸਵਾਦ ਹੁੰਦੇ ਸਨ। ਤੇ ਮੈਂ ਇਸੇ ਲਈ ਸ਼ਬਦ ਉਹ ਪੜਿਆ ਜਿਹੜਾ ਲੋਰੀਆਂ ਵਿੱਚ ਸ਼ਬਦ ਸੀ, ਪਰ ਜਗਾਉਣ ਲਈ ਸੁਣ ਲਈ ਜਾਗਣਾ ਕੀ ਹੈ, ਗੁਰੂ ਦੀ ਸਿਫਤ ਸਵਾਲ ਲੋਰੀ ਨਾਲ ਪੜ੍ਹਨ ਲੱਗ ਪੈਂਦਾ ਸਤਿਗੁਰੂ ਕੀ ਵਡਿਆਈ। ਪਰ ਇੱਕ ਖਿਆਲ ਕਰੇ ਉਹ ਜਗਾਉਣ ਲਈ, ਕਿਉਂਕਿ ਪੀੜਾ ਤਾਂ ਜਗਾਉਂਦੀ ਹੈ, ਸੌਂਦੀ ਨਹੀਂ, ਨੀਂਦ ਆਰਾਮ ਕਰ ਦਿੰਦੀ ਹੈ। ਜਿਹਨੂੰ ਪੀੜਾ ਹੈ ਉਹ ਸੌਂ ਸਕਦਾ ਹੀ ਨਹੀਂ। ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਮਾਥੇ ਪੀਰ ਸਰੀਰ ਜਰਨ ਹੈ ਕਰਕ ਕਰੇ ਜੇ ਮਾਈ ਐਸੀ ਬੈਦਨ ਉਪਜ ਕਰੀ ਮਾਈ। ਸਵਾਲ ਤਾਂ ਇਹ ਹੈ ਵੀ ਪੀੜਾ ਜਗਾਉਣ ਲਈ ਹੈ, ਇਸ ਲਈ ਲੋਰੀ ਫਿਰ ਜੇ ਦਿੱਤੀ ਜਾਏ ਤਾਂ ਜਗਾਉਣ ਲਈ ਹੈ। ਹਾਂ ਅੱਜ ਉਹ ਹੋਈ ਗੁਰੂ ਦੀ ਗੱਲ ਮੈਂ ਜਗਾਉਣ ਲਈ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇਹਨੂੰ ਵਿਚਾਰਨਾ ਹੈ ਅਜੀਬ ਗੱਲ ਹੈ, ਸਭ ਤੋਂ ਪਹਿਲੀ ਲਾਈਨ ਵਿੱਚ ਵੀ ਗੁਰਸਿੱਖਾਂ ਦਾ ਲਫ਼ਜ਼ ਆਉਂਦਾ ਬਾਬੜੇ ਹੋਏ ਜਦੋਂ ਕੁਛ ਪੜ੍ਹੋ ਨੂੰ ਚੰਗੀ ਤਰ੍ਹਾਂ ਇੱਕ ਇੱਕ ਅੱਖਰ ਲਫ਼ਜ਼ ਦੀ ਚੋਣ ਦੀ ਵਿਚਾਰ ਕਰੋ। ਪਹਿਲੀ ਲਾਈਨ ਵਿੱਚ ਵੀ ਹੈ ਗੁਰਸਿੱਖਾਂ ਕੇ ਮਨ ਭਾਵਨ ਦੀ ਗੁਰ ਸਤਿਗੁਰ ਕੀ ਵਡਿਆਈ। ਅਖੀਰਲੀ ਲਾਈਨ ਵਿੱਚ ਵੀ ਹੈ ਜੇ ਨਾਨਕ ਮੰਗੇ ਧੂੜ ਤਿਲ ਜੋ ਗੁਰਸਿੱਖ ਮੇਰੇ ਭਾਈ। ਇਲਾਜ ਹੋ ਗਿਆ ਨਾ। ਹੁਣ ਅੱਜ ਦੀ ਪੀੜਾ ਕੀ ਹੈ, ਉਹ ਹੈ ਸਿੱਖੀ ਦੀ ਆਪਸੀ ਏਕਤਾ ਕਿਵੇਂ ਹੋਵੇ। ਮੈਂ ਇੱਥੇ ਜੋੜਨਾ ਚਾਹੁੰਦਾ ਤੁਹਾਡਾ ਇਹ ਦੋ ਲਫ਼ਜ਼ਾਂ ਨੇ ਸਾਡੇ ਸਾਹਮਣੇ ਰੋਗ ਤੇ ਰੋਗ ਦਾ ਇਲਾਜ ਦੱਸ ਦਿੱਤਾ। ਅੱਜ ਜਗ੍ਹਾ ਨਹੀਂ ਕਿਉਂਕਿ ਸਾਨੂੰ ਪੀੜਾ ਹੈ। ਹਰ ਪਾਸਿਓਂ ਇੱਕ ਆਵਾਜ਼ ਹੈ ਕਿ ਸਿੱਖਾਂ ਵਿੱਚ ਏਕਤਾ ਨਹੀਂ, ਨਾ ਗੁਰਦੁਆਰਿਆਂ ਵਿੱਚ, ਨਾ ਜਥੇਬੰਦੀਆਂ ਵਿੱਚ, ਨਾ ਆਮ ਸਿੱਖੀ ਦੇ ਜੀਵਨ ਵਿੱਚ। ਗੁਰਦੁਆਰਿਆਂ ਵਿੱਚ ਵੀ ਤਲਵਾਰਾਂ ਚੱਲ ਰਹੀਆਂ ਹਨ, ਕਿਰਪਾਨਾਂ ਚੱਲ ਰਹੀਆਂ, ਸਮਾਗਮ ਕਰਨੇ ਹੋਣ ਉਹਨਾਂ ਲਈ ਵੀ ਪੁਲਿਸ ਬੁਲਾਉਣੀ ਪੈਂਦੀ, ਸਿਕਿਉਰਿਟੀ ਦਾ ਇੰਤਜ਼ਾਮ ਕਰਨਾ ਪੈਣਾ, ਕਿਉਂਕਿ ਸਾਨੂੰ ਪੀੜਾ ਤਾਂ ਨਾਲ ਨਾਲ ਸਮਝਣੀ ਪੈਣੀ। ਜੇ ਅਸੀਂ ਸਿੱਖੀ ਪਰਿਵਾਰ ਦੇ ਹਿੱਸੇ ਹਾਂ ਤਾਂ ਸਾਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ, ਆਪਣੀ ਪਰਿਵਾਰਿਕ ਕਹਾਣੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਰਹਿਣਾ ਚਾਹੀਦਾ ਤਾਂ ਕਿ ਸੁਚੇਤ ਰਹੀਏ। ਸਿਰਫ ਆਪਣੇ ਕਾਰੋਬਾਰਾਂ ਵਿੱਚ ਹੀ ਮਸਤ ਰਹਿਣਾ ਇਹੋ ਹੀ ਪਰਿਵਾਰਿਕ ਜੀਵਨ ਨਹੀਂ, ਇਹ ਨਿੱਜੀ ਹੈ, ਕਿਉਂਕਿ ਸਾਡਾ ਪਰਿਵਾਰ ਵੱਡਾ ਹੈ, ਕੇਵਲ ਦੋ ਚਾਰ ਛੇ ਜੀਆਂ ਦਾ ਨਹੀਂ, ਸੰਪੂਰਨ ਸਿੱਖੀ ਸਾਡਾ ਪਰਿਵਾਰ ਹੈ।
ਇਸੇ ਇੱਕ ਅਰਦਾਸ ਦੇ ਲਫ਼ਜ਼ ਅਸੀਂ ਨਹੀਂ ਬਦਲੇ, ਬੜਾ ਖੂਬਸੂਰਤ ਲਫ਼ਜ਼ ਹੈ ਉਹ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ। ਸਿੱਖ ਖਾਲਸਾ ਜਿੱਥੇ ਜਿੱਥੇ ਵੀ ਰਹਿੰਦਾ ਹੈ ਉੱਥੇ ਉੱਥੇ ਹੀ ਮੈਂ ਰੱਛਿਆ ਮੰਗਣਾ ਇਹ ਮੇਰੇ ਰੱਬ ਸਭ ਦੀ ਸਹਾਇਤਾ, ਕਿਉਂਕਿ ਖਾਲਸਾ ਲਫ਼ਜ਼ ਵਰਤਿਆ ਇੱਥੇ ਕਿਸੇ ਜ਼ਾਤ ਬਰਾਦਰੀ ਦਾ ਵੀ ਨਹੀਂ, ਖਾਲਸਾ ਕੋਈ ਵੀ ਹੋ ਸਕਦਾ। ਬਹੁਤ ਦਿਨ ਲਈ ਇਸ ਵਿਸ਼ੇ 'ਤੇ ਕੀਤਾ ਹੋਇਆ, ਖਾਲਸਾ ਇੱਕ ਗੁਣ ਹੈ। ਗੁਰੂ ਨੇ ਬਾਬਾ ਕਬੀਰ ਜੀ ਨੇ ਵੀ ਬਾਣ ਵਿੱਚ ਕਰਤਾ, ਕਹੋ ਨਾਨਕ ਜਨ ਪਰ ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤ ਜੈ ਜਾਣੀ, ਉਹ ਪ੍ਰੇਮ ਭਗਤੀ ਭਾਵੇਂ ਕੋਈ ਵੀ ਜਾਣ ਲੈ। ਕਬੀਰ ਜੁਰਾ ਜਾਣਗੇ, ਨਾਮਦੇਵ ਸ਼ੀਬਾ ਜਾਣਗੇ, ਬੇਣੀ ਬ੍ਰਾਹਮਣ ਜਾਣਗੇ, ਸਾਡੇ ਅੱਜ ਦੇ ਉਸ ਸਿਲੇਬਸ ਮੁਤਾਬਕ ਤਾਂ ਉਹ ਸਿੱਖ ਨਹੀਂ ਜਾਣ, ਜਿਹੜਾ ਵੀ ਜਾਣ ਗਏ ਉਹ ਖਾਲਸਾ। ਅਸੀਂ ਅਰਦਾਸ ਵਿੱਚ ਜਦੋਂ ਖਾਲਸਾ ਆਖਦੇ ਹਾਂ ਉਦੋਂ ਮਤ ਸਮਝਿਓ ਕਿ ਸਾਡੇ ਨਿਯਮਾਂ ਮੁਤਾਬਕ ਅਸੀਂ ਜਿਸ ਰੂਪ ਵਿੱਚ ਖਾਲਸੇ ਨੂੰ ਬਣਾ ਲਿਆ ਅਸੀਂ ਉਸੇ ਖਾਲਸੇ ਲਈ ਕਿ ਨਹੀਂ ਨਹੀਂ। ਗੱਲਾਂ ਕੁਝ ਮੈਂ ਅਰਜ਼ ਕੀਤੀ ਸੀ ਪਰਸੋਂ ਕਿ ਮੈਂ ਇਹ ਕਿਉਂ ਕਰ ਪਰਿਵਾਰ ਹੈ ਅਤੇ ਪਰਿਵਾਰ ਵਿੱਚ ਬੈਠ ਕੇ ਮੈਂ ਰੋਜ਼ਾਨਾ ਜੀਵਨ ਦੀਆਂ ਗੱਲਾਂ ਕਰ ਰਿਹਾ, ਲੇਕਿਨ ਆਧਾਰ ਬਾਣੀ ਹੈ, ਬਾਣੀ ਵਿੱਚੋਂ ਹੀ ਅਸੀਂ ਸਮਝਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਤਾਂ ਉਹਦਾ ਮਤਲਬ ਲਫ਼ਜ਼ ਸਮਝਿਓ ਕਿ ਜਿਸ ਰੂਪ ਵਿੱਚ ਅਸੀਂ ਖਾਲਸਾ ਕਹਿੰਦੇ ਹਾਂ ਕਿ ਉਹਨੇ ਦੁਆਲਾ ਸਜਾਇਆ ਹੋਵੇ, ਉੱਤੋਂ ਦੀ ਕਿਰਪਾ ਨਿਭਾਈ ਹੋਵੇ, ਦਾੜਾ ਪ੍ਰਕਾਸ਼ ਕੀਤਾ, ਸਾਡੀ ਆਪਣੀ ਬਣਤਰ ਹੋਣੀ ਚਾਹੀਦੀ ਇੱਕ ਵੱਖਰੀ। ਪਰ ਖਾਲਸੇ ਦੀ ਪਰਿਭਾਸ਼ਾ ਕਰਨ ਲੱਗਿਆ ਇਹਨੇ, ਉੱਥੇ ਗੁਰਬਾਣੀ ਆਖ ਰਹੀ ਹੈ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੈ ਜਾਣੇ, ਜਿਹਨਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਜਿਹਦੇ ਵਿੱਚ ਕੋਈ ਆਪਣਾ ਪ੍ਰੇਮਾ ਭਗਤੀ ਦਾ ਅਰਥ ਕੀ ਹੈ, ਜਿਹਦੇ 'ਚ ਆਪਣਾ ਕੋਈ ਲਾਲਚ ਨਾ ਹੋਵੇ, ਆਪਣੀ ਕੋਈ ਉਮੰਗ ਨਾ ਹੋਵੇ, ਆਪਣੀ ਕਿਸੇ ਚਾਹਤ ਲਈ, ਆਪਣੀ ਕਿਸੇ ਲੋੜ ਲਈ ਖਾਲਸਾ ਨਾ ਬਣਿਆ ਹੋਵੇ, ਭਗਤੀ ਨਾ ਕਰ ਰਿਹਾ ਹੋਵੇ। ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤ ਜੈ ਜਾਣੇ। ਉਸ ਖਾਲਸੇ ਲਈ ਅਸੀਂ ਆਖਦੇ ਜਾਂ ਜਾਂ ਖਾਲਸਾ। ਇਹੋ ਕਾਰਨ ਹੈ ਕਿ ਸਾਰੇ ਸੰਸਾਰ ਦੇ ਸੁੱਖ ਮੰਗਦਾ, ਕਿਉਂਕਿ ਗੁਰਬਾਣੀ ਆਖ ਰਹੀ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦੁਆਰਾ। ਸਾਡਾ ਪਰਿਵਾਰ ਵੱਡਾ, ਅਸੀਂ ਤਾਂ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਬਣਾਈ ਬੈਠੇ, ਸਾਡਾ ਪਰਿਵਾਰ ਵੱਡਾ, ਅਤੇ ਫਿਰ ਪਰਿਵਾਰ ਦੇ ਹਰ ਜੀਵ ਦੇ ਦੁੱਖ ਸੁੱਖ ਪੀੜਾ ਨੂੰ ਪਛਾਣਨਾ ਚਾਹੀਦਾ ਹੈ। ਘਰ ਵਿੱਚ ਪਰਿਵਾਰ ਦਾ ਇੱਕ ਜੀਵ ਬਿਮਾਰ ਹੋਵੇ ਸਾਰੀ ਰਾਤ ਪਰਿਵਾਰ ਨੂੰ ਸਾਰੇ ਨੂੰ ਨੀਂਦ ਨਹੀਂ ਆਉਂਦੀ। ਅਸੀਂ ਕਦੀ ਸੰਸਾਰ ਦੇ ਦੁੱਖਾਂ ਨੂੰ ਆਪਣੇ ਪਰਿਵਾਰ ਵਾਂਗੂ ਇਉਂ ਬਚਿਆ ਬਚਣਾ ਚਾਹੀਦਾ, ਸਿਰਫ ਇੱਥੇ ਰੁਕ ਕੇ ਅੱਗੇ ਚੱਲਿਆ ਸੀ। ਸੰਸਾਰ ਵਿੱਚ ਕੀ ਹੋ ਰਿਹਾ ਹੈ, ਸਾਡੇ ਪਰਿਵਾਰ ਵਿੱਚ ਕੀ ਹੋ ਰਿਹਾ ਹੈ, ਇਸਨੂੰ ਜਾਣਨਾ ਵੀ ਜ਼ਰੂਰੀ ਹੈ, ਕਿਉਂਕਿ ਪੀੜਾ ਜਾਣਾਂਗੇ ਤਾਂ ਉਸਦਾ ਰੋਗ ਇਲਾਜ। ਪਰ ਚਲੋ ਆਪਣੇ ਇਸ ਪਰਿਵਾਰ ਪਹਿਲਾਂ ਸੰਸਾਰ ਪਰਿਵਾਰ ਆ ਗਿਆ, ਉਸ ਤੋਂ ਛੋਟਾ ਫਿਰ ਪਰਿਵਾਰ ਸਾਡਾ ਆਪਣਾ ਸਿੱਖੀ ਪਰਿਵਾਰ ਆ ਗਿਆ, ਉਹਦੇ ਤੋਂ ਛੋਟਾ ਫਿਰ ਆਪਣਾ ਜਿਹੜਾ ਜੀਵਨ ਪਰਿਵਾਰ ਪੰਜ ਸੱਤ ਦਸ ਜੀਆਂ ਦਾ ਉਹ ਆ ਗਿਆ। ਸਿੱਖੀ ਪਰਿਵਾਰ ਵਿੱਚ ਵੀ ਨਿਗਾਹ ਮਾਰੀਏ ਤੇ ਇੱਕ ਪੀੜਾ ਹੈ, ਇੱਕ ਪੀੜਾ ਉਹ ਹੈ ਹਰ ਪਾਸਿਓਂ ਜਿਸ ਪੀੜਾ ਦੀ ਆਵਾਜ਼ ਹੈ ਕਿ ਕੌਮ ਵਿੱਚ ਏਕਤਾ ਨਹੀਂ। ਏਕਤਾ ਦਾ ਮਤਲਬ
ਪਰਿਵਾਰ ਗੁਰਸਿੱਖਾਂ ਗੁਰੂ ਕੀ ਦਿੰਦਾ ਗੁਰਸਿੱਖਾਂ ਇੱਕੋ ਪਿਆਰ ਜਦੋਂ ਗੁਰੂ ਚੁੱਟਦਾ ਝੋਲੀ ਪਾਉਂਦਾ ਹਰ ਗੱਲ ਮੈਂ ਚਾਹੁੰਦਾ ਗੁਰਬਾਣੀ ਵਿੱਚੋਂ ਤੁਹਾਡੇ ਨਾਲ ਸਾਂਝੀ ਕਰਾਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾ ਪਾਏ ਪਰ ਨਹੀਂ ਗੁਰਦੁਆਰਿਆਂ ਵਿੱਚ ਵੀ ਕਿਰਪਾਨਾਂ ਚੱਲ ਰਹੀਆਂ ਜਥੇਬੰਦੀਆਂ ਵਿੱਚ ਵੀ ਸ਼ਬਦ ਦੇ ਹੋਰ ਨਾ ਹੋਵੇ ਸ਼ਬਦ ਦੇ ਨੇਜ਼ੇ ਕੱਢੇ ਜਾਂਦੇ ਨੇ ਇੱਕ ਦੂਜੇ ਦੇ ਖਿਲਾਫ ਬੋਲੀ ਦੇ ਚੱਲ ਰਹੇ ਨੇ ਉਹਨੂੰ ਸ਼ਬਦ ਗੁਰ ਭੇਜਿਆ ਕਿਤੇ ਹੋਵੇ ਉਹ ਵੀ ਨੇਜਾ ਹੀ ਇੱਕ ਹਥਿਆਰ ਹੈ ਜਿਹੜਾ ਅਸੀਂ ਚਲਾ ਰਹੇ ਇੱਥੇ ਬਸ ਨੇ ਸਾਡੀ ਹਾਲਤ ਅੱਜ ਸਾਰੀ ਦੁਨੀਆਂ ਦੇਖ ਰਹੀ ਹੈ ਬੰਦੂਕਾਂ ਚੱਲ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਭਾਵੇਂ ਚੱਡਰੀਆਂ ਵਾਲੇ ਤੇ ਹੋਣ ਤੇ ਭਾਵੇਂ ਉਹਨੂੰ ਚਲਾਉਣ ਵਾਲੇ ਟਿਕਸਾਲੀਏ ਆਖਰ ਤਾਂ ਸਾਰੇ ਸਿੱਖ ਹੀ ਅਖਵਾ ਦੇ ਨੇ ਸਿੱਖ ਪਰਿਵਾਰ ਦੇ ਜੀ ਅਖਵਾ ਦੇ ਨੇ ਇੱਕ ਤਾਂ ਕਿਉਂ ਨਹੀਂ ਪਿਆਰ ਕਿਉਂ ਨਹੀਂ ਕਿਉਂ ਨਹੀਂ ਕਿਉਂਕਿ ਪਿਆਰ ਦਾ ਜਿਹੜਾ ਜ਼ਰੀਆ ਸੀ ਜਿਹਨੇ ਸਾਨੂੰ ਇੱਕ ਲੜੀ ਵਿੱਚ ਪਰੋਣਾ ਸੀ ਉਹਦੇ ਤੋਂ ਅਸੀਂ ਟੁੱਟ ਗਏ ਸੈਂਕੜੇ ਮਣੀਏ ਹੋਣ ਭਾਵ ਮਣਕੇ ਹੋਣ ਉਹਨਾਂ ਲਈ ਇੱਕ ਧਾਗਾ ਤੇ ਚਾਹੀਦਾ ਹੈ ਨਾ ਹੁਣ ਧਾਗਾ ਇੱਕ ਨਾ ਹੋਵੇ ਤੇ ਮਣੀਏ ਦਾ ਕੀ ਦੋਸ਼ ਹੈ ਜਿਵੇਂ ਕਿ ਗੁਰਬਾਣੀ ਦੀ ਦੁਕਾਨ ਗੁਰਬਾਣੀ ਦੀ ਅਗਵਾਈ ਕੀ ਦੋਸ਼ ਹੈ ਉਹ ਧਾਗਾ ਸੀ ਗੁਰੂ ਕਿਉਂਕਿ ਲਫ਼ਜ਼ ਗੁਰਸਿੱਖਾਂ ਇੱਕੋ ਪਿਆਰ ਹੈ ਉਹ ਇੱਕੋ ਪਿਆਰ ਦਾ ਜਿਹੜਾ ਧਾਗਾ ਸੀ ਉਹ ਸੀ ਗੁਰਸਿੱਖਾਂ ਕੋਲ ਜਿਨ੍ਹਾਂ ਨੇ ਗੁਰਸਿੱਖਾਂ ਨੂੰ ਇੱਕ ਕਰਕੇ ਰੱਖਿਆ ਹੋਇਆ ਸੀ ਗੁਰਬਾਣੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੱਤਾਂ ਪਾਈਆਂ ਹੁਣ ਗੁਰਸਿੱਖ ਦੀ ਕੀ ਨਿਸ਼ਾਨੀ ਹੁੰਦਾ ਇੱਥੇ ਰੁਕਣਾ ਚਾਹੁੰਦਾ ਗੁਰਸਿੱਖ ਦੀ ਕੀ ਨਿਸ਼ਾਨੀ ਲਗਾਉਣ ਦਾ ਸ਼ਬਦ ਸ਼ੁਰੂ ਹੋਇਆ ਕਹਿੰਦੇ ਨੇ ਸਿੱਖ ਦੀ ਨਿਸ਼ਾਨੀ ਕੀ ਹੈ ਉਹਨੂੰ ਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ ਜਿਹੜੇ ਗੁਰੂ ਦੀ ਵਡਿਆਈ ਲਈ ਵੀ ਕੁਸਚਨ ਖੜੇ ਕਰ ਰਹੇ ਨੇ ਜੇ ਅਸੀਂ ਵੇਖੀਏ ਕਿ ਬਾਹਰੋਂ ਤੇ ਸ਼ਕਲ ਉਹਨਾਂ ਦੀ ਵੀ ਸਿੱਖਾਂ ਵਾਲੀ ਹੈ ਸਾਨੂੰ ਪੀੜਾ ਪਛਾਣ ਨਹੀਂ ਪਏ ਇੱਕ ਤਾਂ ਕਿਉਂ ਨਹੀਂ ਕਿਉਂਕਿ ਉਹਦੇ ਵਿੱਚ ਸੂਤ ਜਿਹੜਾ ਸੀ ਨਾ ਉਹ ਸੀ ਗੁਰੂ ਦਾ ਉਹ ਤਾਂ ਸੀ ਜੇ ਸਾਰਿਆਂ ਦੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਹੋਵੇ ਗੁਰੂ ਪ੍ਰਤੀ ਏਕਤਾ ਹੋਵੇ ਮੇਰੇ ਗੁਰੂ ਦੀ
ਵਡਿਆਈ ਜਿਹੜੀ ਹੈ ਉਹ ਨਿਤ ਸਵਾਈ ਚੜ੍ਹੇ, ਉਹਨਾਂ ਦੇ ਮਨ ਦੀ ਇੱਛਾ ਹੋਵੇ ਗੁਰੂ ਨਾਲ ਜੁੜੇ ਤੇ ਸਿੱਖ ਦੀ ਨਿਸ਼ਾਨੀ ਕੀ ਹੈ। ਕਿਉਂ 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 ਉਹਨਾਂ ਦੇ ਮਨ ਅੰਦਰ ਇੱਕ ਯਕੀਨ ਹੈ ਕਿ ਮੇਰਾ ਗੁਰੂ ਉਹ ਹੈ ਜਿਹਦੇ ਅੰਦਰ ਰੱਬ ਵਸਦਾ। ਲਓ ਜਿਨ੍ਹਾਂ ਨੇ ਰੱਬ ਨੂੰ ਮਿਲਣਾ ਹੋਵੇ, ਜੋ ਪ੍ਰਭ ਕੋ ਮਿਲਵੋ ਚਾਹੇ, ਰੋਜ਼ ਪੜ੍ਹਨੇ ਹਨ। ਖੋਜ ਸ਼ਬਦ ਮਿਲੇ, ਸ਼ਬਦ ਗੁਰੂ ਉਹਦੇ ਵਿੱਚ ਪ੍ਰਭੂ ਦੇਵਤਾ, ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ। ਹੁਣ ਜਿਹੜੀ ਚੀਜ਼ ਅੰਦਰ ਵਸਦੀ ਹੈ ਬਾਹਰ ਵੀ ਉਹ ਹੀ ਨਿਕਲਦੀ ਹੈ। ਜੋ ਪਾਵੇ ਭਾਂਡੇ ਵਿੱਚ ਵਸਦੀ ਸਾ ਨਿਕਲੇ। ਮੈਂ ਚਾਹੁੰਦਾ ਅੱਜ ਦੀ ਜਿਹੜੀ ਗੱਲ ਮੈਂ ਜਾਗਰਤੀ ਦੀ ਵੀ ਕਰਨਾ ਚਾਹੁੰਦਾ ਉਹ ਗੁਰਬਾਣੀ ਰਾਹੀਂ ਹੋਵੇ। ਮੇਰਾ ਕੋਈ ਮੇਰੀ ਹੋਰ ਕੋਈ ਬੋਲੀ ਨਹੀਂ। ਮੈਂ ਫਿਰ ਅਰਜ਼ ਕਰਾਂ ਮੇਰੀ ਬੋਲੀ ਗੁਰਬਾਣੀ ਹੈ ਬਸ, ਇਸ ਤੋਂ ਅਗਲੀ ਮੇਰੀ ਹੋਰ ਕੋਈ ਬੋਲੀ ਨਹੀਂ। ਗੁਰੂ ਕਹਿੰਦੇ ਨੇ, ਕਹਿੰਦੇ ਨੇ ਜੋ ਅੰਦਰ ਹੋਵੇ ਉਹ ਬਾਹਰ ਨਿਕਲਦਾ। ਅੰਦਰ ਪਾਰ ਬ੍ਰਹਮ ਹੈ ਗੁਰੂ ਦੇ, ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ। ਇਹੋ ਕਾਰਨ ਹੈ ਜਦੋਂ ਗੁਰੂ ਬੋਲਦਾ ਉਦੋਂ ਵੀ ਕੋਈ ਮਨੁੱਖ ਨਹੀਂ ਬੋਲਦਾ, ਰੱਬ ਬੋਲਦਾ ਆਪਣੀ ਜ਼ਬਾਨ ਨੂੰ ਕਹਿ ਰਿਹਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਅੰਦਰ ਖਸਮ ਬੈਠਾ ਬੋਲਦਾ ਹੋ। ਜੇ ਕੋਈ ਮੈਂ ਫੈਸਲਾ ਕਰਨਾ ਤੇ ਆਪਣਾ ਨਹੀਂ, ਉਸ ਪਾਰ ਬ੍ਰਹਮ ਦਾ ਫੈਸਲਾ ਤੁਹਾਡੇ ਤੱਕ ਪਹੁੰਚਾਉਣਾ। ਲਗਾਤਾਰ ਰੁਕਣਾ ਇਹਦਾ ਮਤਲਬ ਗੁਰੂ ਦਾ ਫੈਸਲਾ ਰੱਬ ਦਾ ਫੈਸਲਾ ਹੈ। ਗੁਰਬਾਣੀ ਵਿੱਚੋਂ ਕਿਹੜਾ ਕਿਆ, ਜਦੋਂ ਇੱਕ ਵਿਸ਼ੇ ਤੇ ਖਲੋ ਜਾਣਾ ਅੱਗੇ ਵਧਣ ਨੂੰ ਦਿਲ ਨਹੀਂ ਕਰਦਾ। ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦੀ ਗੁਰਗੱਦੀ ਬਾਰੇ ਫੈਸਲਾ ਕਰਦੇ ਨੇ, ਫੈਸਲਾ ਸੁਣਾਉਂਦੇ ਨੇ ਸੰਤਾਂ ਚ ਸੁਣਾਉਣਾ। ਪਰ ਇੱਕ ਗੱਲ ਸਪਸ਼ਟ ਕਰਦੇ ਨੇ ਕਿ ਮੈਂ ਆਪੇ ਨਹੀਂ ਜੇ ਫੈਸਲਾ ਸੁਣਾ ਰਿਹਾ, ਜੋ ਕੁਝ ਮੈਂ ਕਰ ਰਿਹਾ ਉਹ ਆਪ ਨਹੀਂ ਕਰ ਰਿਹਾ। ਹਰ ਭਾਇਆ ਬਣੀ, ਰੁਕਣੇ
ਗੁਰਬਾਣੀ ਵਿੱਚੋਂ ਮੈਂ ਗੱਲ ਦਾ ਜਵਾਬ ਦੇਣਾ ਚਾਹਾਂਗਾ। ਸਤਿਗੁਰੂ ਬੋਲਿਆ ਗੁਰੂ ਅਮਰਦਾਸ ਸਾਹਿਬ ਤੇ ਕਹਿੰਦੇ ਨੇ ਹਰੀ ਨੂੰ ਪਾ ਗਿਆ ਜੋ ਹਰੀ ਨੂੰ ਚੰਗਾ ਲੱਗਾ ਮੈਂ ਉਹ ਬੋਲਿਆ। ਕਿਉਂਕਿ ਮੈਨੂੰ ਸੁਜਾਨ ਪੁਰਖ ਪਛਾਣ ਵਾਲਾ ਸਮਝ ਵਾਲਾ ਰਾਮਦਾਸ ਮਿਲ ਗਿਆ, ਕਿ ਪਛਾਣਨਾ ਹੀ ਤਾਂ ਗੁਰੂ ਦਾ ਕੰਮ ਸੀ। ਪਛਾਣ ਕੇ ਟਿਕਣਾ, ਪਛਾਣ ਕੇ ਫੈਸਲਾ ਕਰਨਾ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਤੇ ਕੀਤਾ ਕੀ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦਈਆ ਗੁਰ ਸ਼ਬਦ ਸੱਚ ਨਿਸ਼ਾਨ। ਰਾਮਦਾਸ ਨੇ ਤਿਲਕ ਦਿੱਤਾ, ਹਰੀ ਨੂੰ ਪਾਇਆ। ਹੁਣ ਹਰੀ ਨੂੰ ਪਾਇਆ ਤੇ ਗੁਰੂ ਦਾ ਕੀਤਾ ਹੋਇਆ ਵੀ ਰੱਬ ਅੰਦਰ ਬੈਠਾ ਹੋਣ ਕਰਕੇ ਕੀਤਾ ਹੋਇਆ, ਸਿੱਖ ਕਿਵੇਂ ਨਾ ਮੰਨਣ, ਕਿਵੇਂ ਨਾ ਮੰਨਣ? ਸਿੱਖ ਦੀ ਨਿਸ਼ਾਨੀ ਕੀ? ਅੱਗੇ ਕਹਿ ਤਾ ਗੁਰ ਸਤਿਗੁਰ ਪੁਰਖ ਜੀ ਬੋਲਿਆ ਗੁਰਸਿੱਖਾ ਮੰਨ ਲਈ ਜਾ, ਸਿੱਖਾਂ ਨੇ ਮੰਨ ਲਈ, ਕੋਈ ਉਧਰ ਨਹੀਂ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈਰੀ ਪਾਏ ਜੀ, ਉਹ ਸਾਰੇ ਰਾਮਦਾਸ ਦੇ ਪੈਰੀ ਪਾਏ। ਮੋਹਰੀ ਪੁੱਤ ਸਨਮੁਖ ਹੋਇਆ ਰਾਮ, ਸਭ ਪਵੇ ਪੈਰੀ ਸਤਿਗੁਰੂ ਕੇ, ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਨੇ ਆਪ ਟਿਕਾ ਦਿੱਤਾ। ਕਰ ਬਖੀਲੀ ਨਵੇਂ ਨਾ ਹੀ, ਫਿਰ ਸਤਿਗੁਰੂ ਆਣ ਨੇ ਵਾਜਾ, ਜਿਨ੍ਹਾਂ ਕੋਲ ਬਖੀਲੀ ਕੀਤੀ ਉਹਨਾਂ ਨੂੰ ਵੀ ਨਿਮਣਾ ਪਿਆ, ਕਿਉਂਕਿ ਫੈਸਲਾ ਗੁਰੂ ਦੇ ਰਾਹੀਂ ਰੱਬ ਦਾ ਸੀ। ਹਰ ਪਾਇਆ ਸਤਿਗੁਰੂ ਰੱਬ ਦਾ ਸੀ। ਇਸ ਲਈ ਗੁਰੂ ਦੇ ਫੈਸਲੇ ਤੇ, ਰੱਬ ਦੇ ਫੈਸਲੇ ਤੇ ਕਦੀ ਵੀ ਕੋਈ ਉਜ਼ਰ ਕਰਨੀ ਕਿੰਤੂ ਕਰਨਾ ਸਿੱਖ ਦਾ ਕੰਮ ਨਹੀਂ। ਲੋ ਸਿੱਖ ਦੀ ਨਿਸ਼ਾਨ, ਏਕਤਾ ਸਾਡੀ ਕਿੱਥੋਂ ਭੰਗ ਹੋ ਰਹੀ ਹੈ? ਉੱਥੇ ਕੋਈ ਕਿੰਤੂ ਨਹੀਂ। ਕਿਉਂ? ਕਿਉਂਕਿ ਗੁਰੂ ਆਪ ਨਹੀਂ ਬੋਲਦਾ, ਗੁਰੂ ਸਤਿਗੁਰੂ ਕੇ ਮਨ ਪਾਰ ਬ੍ਰਹਮ ਹੈ। ਗੁਰ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਇ ਜੀ, ਸਿਰ ਚ ਬਣਦੇ ਨੇ, ਕੋਈ ਕਿੰਤੂ ਪ੍ਰੰਤੂ ਨਹੀਂ। ਉਹਨੇ ਕਿਵੇਂ ਫੈਸਲਾ ਕੀਤਾ? ਮੈਨੂੰ ਇਸ ਗੱਲ ਦਾ ਹੋ ਰਿਹਾ, ਜਿਸ ਗੱਲ ਦਾ ਮੈਂ ਜਵਾਬ ਦੇਣਾ ਚਾਹੁੰਦਾ ਕਿ ਅੱਜ ਕੋਈ ਸਿੱਖ ਅਖਵਾਉਣ ਵਾਲਾ ਇਹ ਲਫਜ਼ ਆਖੇ ਕਿ ਗੁਰੂ ਰਾਮਦਾਸ ਸਾਹਿਬ ਨੇ ਬੜੀ ਵੱਡੀ ਗਲਤੀ ਕੀਤੀ। ਦੇਖ ਲਓ ਇਹ ਆਖੇ ਕਿ ਉਹਨਾਂ ਪ੍ਰਿਥੀ ਚੰਦ ਨੂੰ ਪਹਿਲਾਂ ਗੁਰੂ ਘਰ ਦਾ ਇੰਤਜ਼ਾਮ ਕਿਉਂ ਸੌਂਪਿਆ ਤੇ ਫਿਰ ਗੱਦੀ ਗੁਰੂ ਅਰਜਨ ਸਾਹਿਬ ਨੂੰ ਦਿੱਤੀ? ਉੱਥੇ ਲਫਜ਼ ਨੇ ਗਲਤੀ ਕੀਤੀ, ਇਹ ਉਹਨਾਂ ਦੀ ਗਲਤੀ ਸੀ। ਉਸ ਤੋਂ ਬਾਅਦ ਅਗਲੇ ਲਫਜ਼ ਵਰਤੇ ਜਾਂਦੇ ਨੇ ਕਿ ਗੁਰੂ ਹਰਿ ਰਾਏ ਸਾਹਿਬ ਦੀ ਗਲਤੀ ਸੀ ਕਿ ਉਹਨਾਂ ਰਾਮ ਰਾਏ ਦੀ ਪਹਿਲਾਂ ਚੋਣ ਕੀਤੀ, ਉਹਨੂੰ ਔਰੰਗਜ਼ੇਬ ਕੋਲ ਭੇਜਿਆ ਜਵਾਬ ਦੇਣ ਲਈ। ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹਨੇ ਕਮਜ਼ੋਰ ਹੋ ਜਾਣਾ, ਉਹਨਾਂ ਨੇ ਗਲਤੀ ਕੀਤੀ, ਉਹਦੀ ਚੋਣ ਕੀਤੀ। ਫਿਰ ਉਸ ਤੋਂ ਵੱਡੀ ਅਗਲੀ ਫਿਰ ਕਹਿੰਦਾ ਹੈ ਇਹ ਗਲਤੀ ਕੀਤੀ ਕਿ ਉਹਨਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੱਦੀ ਦੇ ਦਿੱਤੀ ਛੋਟੀ ਜਿਹੀ ਉਮਰ ਵਿੱਚ। ਇਹ ਤਿੰਨਾਂ ਦਾ ਨਾਮ ਲੈ ਕੇ ਉਹ ਇਹ ਗੱਲ ਕਹਿ ਰਿਹਾ ਕਿ ਗਲਤੀ ਕੀਤੀ।
ਮੈਂ ਉਸ ਵੀਰ ਨੂੰ ਗੁਰਬਾਣੀ ਰਾਹੀਂ ਕਹਿੰਦਾ ਉਸਦਾ ਮਤਲਬ ਸਿਰਫ ਇਹ ਹੈ ਵੀ ਗੁਰੂ ਇਤਿਹਾਸ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਇੱਥੋਂ ਸਾਬਤ ਹੁੰਦਾ ਕਿ ਗੁਰੂ ਨੇ ਗਲਤ ਕੀਤੀ ਬਾਣੀ ਮੰਨੋ ਬਾਣੀ ਮੰਨੋ ਕਹਿੰਦੇ ਇਤਿਹਾਸ ਨਾ ਮੰਨੋ ਪਰ ਇਤਿਹਾਸ ਦੀਆਂ ਵੀ ਤਾਂ ਕੁਝ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਨੇ ਉਹਨਾਂ ਨੂੰ ਅਸੀਂ ਗੁਰੂ ਦੀ ਗਲਤੀ ਆਖੀਏ ਤਾਂ ਸਾਨੂੰ ਗੁਰਬਾਣੀ ਵਿੱਚੋਂ ਹੀ ਉਸ ਗੱਲ ਨੂੰ ਜਸਟੀਫਾਈ ਕਰ ਲੈਣਾ ਚਾਹੀਦਾ ਹੈ। ਗੁਰੂ ਘਰ ਅੰਦਰ ਜੋ ਫੈਸਲੇ ਹੋਏ ਨੇ ਉਹ ਫੈਸਲੇ ਸੁਣਨ ਤੋਂ ਪਹਿਲਾਂ ਪਰਖ ਵੀ ਹੋਈ ਹੈ ਅਤੇ ਉਹ ਪਰਖ ਜਿੰਨਾ ਕਿਉਂਕਿ ਹੁਣ ਆਪਾਂ ਗੁਰਬਾਣੀ ਵਿੱਚੋਂ ਲਈਏ ਜਦੋਂ ਬਾਬੇ ਲਹਿਣੇ ਨੂੰ ਗੱਦੀ ਦਿੱਤੀ ਗੁਰੂ ਨਾਨਕ ਦੇ ਹਾਲਾਂਕਿ ਉਸ ਵੀਰ ਦਾ ਧਿਆਨ ਉੱਧਰ ਨਹੀਂ ਗਿਆ ਗੁਰਬਾਣੀ ਵਿੱਚੋਂ ਆਪਾਂ ਜਵਾਬ ਮੰਗ ਜਦੋਂ ਬਾਬੇ ਲਹਿਣੇ ਨੂੰ ਗੱਦੀ ਦਿੱਤੀ ਤਾਂ ਦੁਨਿਆਈ ਆਖੇ ਕਿ ਕਿਉਂ ਲਹਿਣੇ ਦੀ ਫਿਰ ਆਈ ਦੁਨਿਆਈ ਆਖੇ ਕਿ ਕਿਉਂ ਦੁਨੀਆਂ ਨੇ ਆਖਿਆ ਇਹਨਾਂ ਨੇ ਕੀ ਕੀਤਾ ਹੈ ਪੁੱਤਰਾਂ ਦੇ ਹੁੰਦਿਆਂ ਹੋਇਆ ਇੱਕ ਸੇਵਾਦਾਰ ਨੂੰ ਕੁਛ ਸਮੇਂ ਦੇ ਪਹਿਲਾਂ ਆਏ ਹੋਏ ਸੇਵਾਦਾਰ ਨੂੰ ਗੱਦੀ ਦੇ ਦਿੱਤੀ ਦੁਨਿਆਈ ਆਖੇ ਕਿ ਕਿਉਂ ਇਹਨਾਂ ਕੀ ਕੀਤਾ ਇਹ ਤਾਂ ਗੁਰਬਾਣੀ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਤੇ ਗੁਰੂ ਇਸ ਗੱਲ ਦਾ ਜਵਾਬ ਦਿੰਦੇ ਨੇ ਇਹੋ ਹੀ ਜਵਾਬ ਉਸ ਵੀਰ ਨੂੰ ਸਮਝ ਲੈਣਾ ਚਾਹੀਦਾ ਗੁਰੂ ਇਸ ਗੱਲ ਦਾ ਜਵਾਬ ਦਿੰਦੇ ਨੇ ਤੇ ਆਖਦੇ ਨੇ ਭਰਿਆ ਦੁਨੀਆਂ ਦੇ ਲੋਕੋ ਮੈਂ ਐਵੇਂ ਨਹੀਂ ਕੀਤਾ ਸਿੱਖਾਂ ਪੁੱਤਰਾਂ ਕੋਖ ਕੇ ਬਾਕੀ ਦੇ ਸਿੱਖਾਂ ਪੁੱਤਰਾਂ ਨੂੰ ਚੰਗੀ ਤਰ੍ਹਾਂ ਭੁੱਖ ਹੈ ਸਿੱਖਾਂ ਪੁੱਤਰਾਂ ਭੁੱਖ ਕੇ ਸਭ ਉਮਤ ਵੇਖੇ ਜੇ ਕਿਉਂ ਨੇ ਜੋ ਮੈਂ ਕੀਤਾ ਨਾ ਦੁਨੀਆਂ ਨੇ ਵੇਖਿਆ ਮੈਂ ਸਿੱਖਾਂ ਪੁੱਤਰਾਂ ਨੂੰ ਭੁੱਖ ਹੈ ਉਹਨਾਂ ਨੂੰ ਚਾਂਸ ਦਿੱਤਾ ਹੈ ਆਪਣਾ ਆਪ ਦਿਖਾਓ ਜੇ ਮੈਂ ਆਖਿਆ ਨਾ ਸਿੱਖਣ ਚੋਂ ਕੌਲੀ ਕੱਢ ਲਿਆ ਤੁਸੀਂ ਆਖੋਗੇ ਵੀ ਇੱਕ ਚਾਂਸ ਹੈ ਉਹਨਾਂ ਨੂੰ ਕਿਉਂ ਆਖਿਆ ਜਦੋਂ ਉਹਨਾਂ ਕੱਢਣੀ ਨਹੀਂ ਸੀ ਬੜੀ ਅਜੀਬ ਗੱਲ ਹੈ ਭਲੇ ਉਹ ਗੁਰਬਾਣੀ ਵਿਚਾਰੋ ਇਤਿਹਾਸ ਦਾ ਜਵਾਬ ਵੀ ਦੇ ਰਹੀ ਹੈ ਗੁਰਬਾਣੀ ਗੁਰੂ ਨਾਨਕ ਨੇ ਵੀ ਬਾਬੇ ਲਹਿਣੇ ਨੂੰ ਕੌਲੀ ਕੌਲੀ ਕੱਢਣ ਤੋਂ ਪਹਿਲਾਂ ਸ੍ਰੀ ਚੰਦਰੂ ਆਖਿਆ ਬਾਬੇ ਲਹਿਣੇ ਨੂੰ ਕੌਲੀ ਕੱਢਣ ਤੋਂ ਪਹਿਲਾਂ ਲਖਮੀ ਦਾਸ ਨੂੰ ਆਖਿਆ ਕਿਉਂ ਆਖਿਆ ਸੋਧਣਾ ਚਾਹੁੰਦੇ ਨੇ ਭੁੱਖਣਾ ਚਾਹੁੰਦੇ ਨੇ ਦੁਨੀਆਂ ਵੇਖ ਲਵੇ ਸ੍ਰੀ ਚੰਦ ਕਿੱਥੇ ਖਲੋਤਾ ਉਹਦੀ ਯੋਗਤਾ ਅਯੋਗਤਾ ਦੁਨੀਆਂ ਵੀ ਵੇਖ ਲੈ ਕੌੜੀ ਕੱਢਣ ਦੀ ਆਖਿਆ ਕੱਪੜੇ ਇਹ ਤਾਂ ਇਤਿਹਾਸ ਦੀਆਂ ਗੱਲਾਂ ਨੇ ਨਾ ਗੁਰਬਾਣੀ ਨੇ ਤਾਂ ਸਿਰਫ ਇਹ ਫੈਸਲਾ ਦਿੱਤਾ ਸਿੱਖਾਂ ਪੁੱਤਰਾਂ ਭੁੱਖ ਕੇ ਗੁਰਬਾਣੀ ਨੇ ਤਾਂ ਇਹ ਫੈਸਲਾ ਦਿੱਤਾ ਜਾਂ ਸੁਧੋਸਤਾ ਲੈਣਾ ਕਿਤੇ ਹੋਣਾ ਜਦੋਂ ਮੈਂ ਸੋਧ ਲਿਆ ਚੰਗੀ ਤਰ੍ਹਾਂ ਪਰਖ ਲਿਆ ਤਾਂ ਲੈਣੇ ਨੂੰ ਟਿਕਿਆ ਵੀ ਨਹੀਂ ਆ ਜਾਂਦਾ ਇਸ ਸਿੰਘਾਸਨ ਤੇ ਸ੍ਰੀ ਚੰਦ ਆਪਣੀ ਯੋਗਤਾ ਵਿਖਾਉਂਦਾ ਲੇਕਿਨ ਯੋਗਤਾ ਵਿਖਾਉਣ ਦਾ ਸਮਾਂ ਹੀ ਨਾ ਦੇਣਾ ਇਹ ਵੀ ਤਾਂ ਸਿਆਣਪ ਨਹੀਂ ਦੁਨੀਆਂ ਕਿਵੇਂ ਮੰਨੇਗੀ ਦੁਨੀਆਂ ਦੇ ਸਾਹਮਣੇ ਆਖਿਆ ਦੁਨੀਆ ਹੀ ਆਖੇ ਕਿ ਕਿਉਂ ਜਿਨ੍ਹਾਂ ਨੇ ਆਖਿਆ ਸਭ ਉਮਤ ਵੇਖੇ ਜੇ ਕਿਉਂ ਦਾ ਜਵਾਬ ਸੀ ਇਹ ਗੁਰੂ ਨਾਨਕ ਦਾ ਇਤਿਹਾਸ ਹੈ ਭਰਿਆ ਗੁਰੂ ਘਰ ਦੀ ਮਰਿਆਦਾ ਹੈ ਜਿੱਥੇ ਪਤਾ ਹੋਵੇ ਨਾ ਕੋਈ ਦਾਅਵੇਦਾਰ ਹੈ ਬੈਠਾ ਹੈ ਉੱਥੇ ਦੁਨੀਆਂ ਨੂੰ ਦੱਸ ਦੇਣਾ ਵੀ ਇਸ ਇਸ ਬਖਸ਼ਿਸ਼ ਦਾ ਇਸ ਵਡਿਆਈ ਦਾ ਦਾਅਵੇਦਾਰ ਕੋਈ ਨਹੀਂ ਬਣ ਸਕਦਾ ਵੀ ਮੈਂ ਹੱਕ ਰੱਖਣਾ ਪ੍ਰਿਥੀ ਚੰਦ ਵੀ ਦਾਅਵੇਦਾਰ ਸੀ
ਉਹਨੂੰ ਪਹਿਲਾਂ ਚਾਂਸ ਦਿੱਤਾ ਲਿਆ ਆ ਜਾ ਸੰਭਾਲ ਉਹਨੂੰ ਗੁਰੂ ਦੀ ਗਲਤੀ ਨਾ ਆਖ ਚੀਜ਼ ਮਹਿਸੂਸ ਕਰਨਾ ਜੇ ਤੂੰ ਦੁਨੀਆ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਇਹਨਾਂ ਲਫ਼ਜ਼ਾਂ ਨਾਲ ਤੇ ਬਹੁਤ ਚੰਗਾ ਸੀ ਕਿ ਗੁਰੂ ਰਾਮਦਾਸ ਸਾਹਮਣੇ ਪ੍ਰਿਥੀ ਚੰਦ ਨੂੰ ਪਹਿਲਾਂ ਆਪਣੇ ਸਥਾਨ ਦੀ ਆਪਣੇ ਸਾਰੇ ਨਿਜ਼ਾਮ ਦੀ ਸੰਭਾਲ ਦਿੱਤੀ ਲੈ ਸੰਭਾਲ ਆਪਣੀ ਯੋਗਤਾ ਵਿਖਾ ਦਿੱਤੀ ਇਹ ਤਾਂ ਇੱਕ ਸੋਧਨ ਦਾ ਤਰੀਕਾ ਹੈ ਇਹ ਤਾਂ ਦੁਨੀਆ ਕੀ ਆਖਦੀ ਦੁਨਿਆਈ ਆਖੇ ਕਿ ਕਿਉਂ ਵਾਲੀ ਗੱਲ ਇੱਥੇ ਵੀ ਹੋ ਜਾਣੀ ਸੀ ਸਭ ਉਮਤ ਵੇਖੇ ਜੇ ਕਿਉਂ ਦਾ ਜਵਾਬ ਇੱਥੇ ਵੀ ਦੇਣਾ ਪੈਣਾ ਸੀ ਉੱਥੇ ਕਹਿ ਦਿੱਤਾ ਪੁੱਤਰੀ ਕੌਲ ਨਾ ਪਾ ਲਿਓ ਉਹ ਸਾਰੀ ਚੀਜ਼ ਇੱਥੇ ਵੀ ਲਾਗੂ ਹੋਣੀ ਸੀ ਇੱਥੇ ਗੁਰੂ ਅਰਜਨ ਸਾਹਿਬ ਨੇ ਗੱਲ ਕਹੀ ਨਾ ਕਾਹੇ ਪੋ ਤੂੰ ਜਗਰਤ ਹੋ ਸੰਗ ਬਾਪ ਜਿਨਕੇ ਜਣੇ ਵਡੀਰੇ ਤੂੰ ਹੋ ਤਿੰਨ ਸੰਗ ਝਗਰਤ ਪਾਪ ਸਵਾਲ ਤਾਂ ਗੁਰਬਾਣੀ ਵਿੱਚੋਂ ਅਗਵਾਈ ਸਮਝਣ ਦਾ ਗੁਰੂ ਨੇ ਜੇ ਪ੍ਰਿਥੀ ਚੰਦ ਨੂੰ ਸਮਾਂ ਦਿੱਤਾ ਹੈ ਤਾਂ ਭੋਖਣ ਲੈ ਉਸ ਭੋਖਣ ਦਾ ਹੀ ਫੈਸਲਾ ਗੁਰੂ ਅਰਜਨ ਸਾਹਿਬ ਨੂੰ ਸਿੰਘਾਸਨ ਦੇਣਾ ਹੈ ਬਾਹਰ ਇਸੇ ਤਰ੍ਹਾਂ ਰਾਮ ਰਾਜ ਵੀ ਵੱਡਾ ਪੁੱਤਰ ਹੋਣ ਦੇ ਨਾਤੇ ਦਾਅਵੇਦਾਰ ਸੀ ਉੱਥੇ ਵੀ ਦੁਨੀਆਈ ਆਖੇ ਕਿ ਪਿਉਣ ਦਾ ਮਸਲਾ ਆ ਜਾਣਾ ਸੀ ਉੱਥੇ ਵੀ ਸਭ ਉਮਤ ਵੇਖੇ ਜੇ ਪਿਉਣ ਦਾ ਮਸਲਾ ਆ ਜਾਣਾ ਸੀ ਪਰ ਗੁਰੂ ਹਰਿਰਾਏ ਸਾਹਿਬ ਨੇ ਰਾਮ ਰਾਏ ਨੂੰ ਆਪਣੀ ਯੋਗਤਾ ਦਿਖਾਉਣ ਦਾ ਪਹਿਲਾ ਚਾਂਸ ਦਿੱਤਾ ਦੁਨੀਆ ਵੇਖ ਲੈ ਸਭ ਉਮਤ ਵੇਖੇ ਜੇ ਕਿਉਂ ਉਹ ਭਰਿਆ ਸੀ ਜਵਾਬ ਜੇ ਤੂੰ ਦਿੰਦਾ ਗੁਰੂ ਗਲਤੀ ਨਹੀਂ ਕਰਦਾ ਇਹ ਆਖਣਾ ਕਿ ਗੁਰੂ ਦੀ ਗਲਤੀ ਹੈ ਇਸ ਗੱਲ ਦਾ ਦੁੱਖ ਗੁਰਸਿੱਖ ਹੁੰਦਿਆਂ ਹੋਇਆਂ ਸਿੱਖੀ ਦੀ ਗੱਲ ਕਰਨ ਵਾਲੇ ਦਾ ਦਾਅਵੇਦਾਰ ਹੁੰਦਿਆਂ ਹੋਇਆਂ ਸਿੱਖ ਕਦੀ ਗੁਰੂ ਨੂੰ ਗਲਤ ਨਹੀਂ ਆਖਦਾ ਕਿਉਂਕਿ ਉਹਨੇ ਪੜ੍ਹਿਆ ਹੁੰਦਾ ਹੈ ਸੰਸਾਰ ਭੁਲਣ ਅੰਦਰ ਹੈ ਭੁਲਣ ਅੰਦਰ ਸਭ ਕੋ ਆਪਾਂ ਰੋਜ਼ ਪੜ੍ਹ ਰਹੇ ਹਾਂ ਭੁਲਣ ਅੰਦਰ ਸਭ ਕੋ ਅਭੁੱਲ ਉੱਥੇ ਕੀ ਦੋ ਲਫ਼ਜ਼ ਨੇ ਗੁਰੂ ਕਰਤਾ ਕਰਤਾ ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਹੀਂ ਬਲਕਿ ਸਤਿਗੁਰੂ ਬਾਣੀ ਵਿੱਚ ਤੱਕ ਆਖਿਆ ਜੋ ਕੁਝ ਉਹ ਲਿਖ ਦਿੰਦਾ ਉਹਨੂੰ ਬਦਲਦਾ ਨਹੀਂ ਸਾਨੂੰ ਤਾਂ ਇੰਟਰਨੈਟ ਨੇ ਸਾਧਨ ਦੇ ਦਿੱਤੇ ਨੇ ਦਸ ਕੁ ਮਿੰਟ ਬਾਅਦ ਜਿਹੜੀ ਆਪ ਲਿਖੀ ਹੁੰਦੀ ਗੱਲ ਉਸ ਨੂੰ ਡਿਲੀਟ ਕਰ ਦਈਦਾ ਉਹਨੇ ਤੁਹਾਨੂੰ ਨਵੀਂ ਪਾ ਦੇਗੀ ਰੱਬ ਨੇ ਜੋ ਮੱਥੇ 'ਤੇ ਲਿਖਿਆ ਹੁਣ ਮੁੜ ਕੇ ਡਿਲੀਟ ਨਹੀਂ ਕਰਦਾ ਉਹਦੀ ਥਾਂ 'ਤੇ ਨਵੀਂ ਲਿਖੋ ਕਿਉਂਕਿ ਉਹ ਗਲਤੀ ਕਰਦਾ ਹੀ ਨਹੀਂ ਜਿਹਦੇ ਕੋਲ ਗਲਤੀ ਹੋਣੀ ਉਸੇ ਨੂੰ ਡਿਲੀਟ ਕਰਕੇ ਨਵੀਂ ਪਾਉਣੀ ਸਾਡੀ ਗਲਤੀ ਕੀ ਹੈ ਅਸੀਂ ਆਪਣੇ ਆਪ ਨੂੰ ਇੰਨਾ ਸਿਆਣਾ ਬਣਾ ਲਿਆ ਕਿ ਗੁਰੂ ਨੂੰ ਵੀ ਇਹ ਆਖਣ ਲੱਗ ਪਏ ਕਿ ਉਹਨੇ ਗਲਤੀ ਕੀਤੀ ਪ੍ਰਿਥੀ ਚੰਦ ਨੂੰ ਸੇਵਾ ਦੇਣ ਦੀ ਉਹਨੇ ਗਲਤੀ ਕੀਤੀ ਰਾਮ ਰਾਏ ਨੂੰ ਸੇਵਾ ਦੇਣ ਦੀ ਉਹ ਭਲਿਆ ਗਲਤੀ ਨਹੀਂ ਕੀਤੀ ਗੁਰੂ ਨੇ ਸੰਸਾਰ ਨੂੰ ਸਮਝਾਉਣ ਲਈ ਸਪਸ਼ਟ ਕੀਤਾ ਭੋਖ ਕੀਤੀ ਅਤੇ ਉਹ ਭੋਖ ਦੁਨੀਆ ਦੇ ਸਾਹਮਣੇ ਰੱਖ ਦਿੱਤੀ ਆ ਜੇ ਪ੍ਰਿਥੀ ਚੰਦ ਮੈਂ ਤੇ ਇਹਨੂੰ ਸੰਭਾਲਿਆ ਸੀ ਜਿਵੇਂ ਗੁਰੂ ਨਾਨਕ ਨੇ ਆਖਿਆ ਆ ਜੇ ਸ੍ਰੀ ਚੰਦ ਮੈਂ ਤੈਨੂੰ ਆਖਿਆ ਸੀ ਕੌਲੀ ਕੱਢ ਲਿਆ ਆ ਜੇ ਰਾਮ ਰਾਏ ਜਿਹੜਾ ਵਕਤ ਦੀਆਂ ਸਰਕਾਰਾਂ ਅਤੇ ਵਕਤ ਦੀਆਂ ਬਾਦਸ਼ਾਹਾਂ ਦੇ ਸਾਹਮਣੇ ਝੁੱਕ ਕੇ ਗੁਰਬਾਣੀ ਨੂੰ ਬਦਲ ਰਿਹਾ ਉਹਦੇ ਸਾਹਮਣੇ ਝੁੱਕ ਕੇ ਆਪਣੇ ਲਾਲਚ ਲਈ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਆ ਜੇ ਰਾਮ ਰਾਏ ਕਿਸੇ ਚੀਜ਼ ਨੂੰ ਪਬਲਿਕ ਦੇ ਸਾਹਮਣੇ ਸੰਗਤ ਦੇ ਸਾਹਮਣੇ ਸਪਸ਼ਟ ਕਰਦੇ ਨਾ ਗਲਤੀ ਪਰ ਮੈਨੂੰ ਕਹਿਣਾ ਪੈਂਦਾ ਗੁਰੂ ਨੇ ਇੱਕ ਲਫ਼ਜ਼ ਕਹਿ ਲਏ ਮਨਮੁੱਖ ਬੋਲ ਨਾ ਜਾਣਨੀ ਉਹਨਾਂ ਅੰਦਰ ਕੰਮ ਕਰੋ ਦੇ ਅਹੰਕਾਰ ਫੈਸਲਾ ਬਣ ਗਿਆ ਮਨਮੁੱਖ ਬੋਲ ਨਾ ਜਾਣਨੀ ਉਹਨਾਂ ਅੰਦਰ ਕੰਮ ਕਰੋ ਦੇ
ਅਹੰਕਾਰ ਤੇ ਅਗਲੀ ਲੈਂਗੁਏਜ ਕਹਿਣ ਲੱਗੇ ਥਾਂ ਕੋ ਥਾਂ ਨਾ ਜਾਣ ਲੈ ਸਦ ਚਿੱਤ ਵੇ ਬੇਕਾਰ ਉਹ ਇੰਨਾ ਥਾਂ ਕੋ ਥਾਂ ਵੀ ਨਹੀਂ ਜਾਣਦੇ ਵੀ ਇੱਥੇ ਆਹ ਗੱਲ ਕਹਿਣੀ ਹੈ ਇੱਥੇ ਤਾਂ ਦੁਨੀਆਂ ਦੇ ਮਨੁੱਖਾਂ ਨੂੰ ਆਪਣੇ ਕਿਸੇ ਵਿਰੋਧੀਆਂ ਨੂੰ ਗਲਤੀ ਕਹਿ ਲੈ ਗਲਤ ਕਹਿੰਦੇ ਨੇ ਠੀਕ ਕਹਿੰਦੇ ਨੇ ਪਰ ਗੁਰੂ ਨੂੰ ਤਾਂ ਨਾ ਆਖੋ ਥਾਂ ਕੋ ਥਾਂ ਵੀ ਨਹੀਂ ਜਾਣਦਾ ਮੇਰਾ ਬੋਲੀ ਜਾਣਾ ਹੀ ਸਭ ਕੁਛ ਨਹੀਂ ਹੁੰਦਾ ਬੋਲਣਾ ਇੱਕ ਸ਼ਕਤੀ ਹੈ ਪਰ ਬੋਲਣਾ ਹੀ ਸਭ ਕੁਝ ਨਹੀਂ ਭਾਈ ਗੁਰਦਾਸ ਜੀ ਨੂੰ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਇੱਕ ਪਾਸੇ ਕਾਂ ਹੈ ਇੱਕ ਪਾਸੇ ਕੋਇਲ ਹੈ ਕਾਂ ਜ਼ਿਆਦਾ ਬੋਲਦਾ ਜਿੱਥੇ ਵੀ ਕਾਂ ਚਾਰ ਇਕੱਠੇ ਹੋ ਜਾਣ ਕਾਂ ਕਾਂ ਲਾ ਦਿੰਦੇ ਨੇ ਜ਼ਿਆਦਾ ਬੋਲਦਾ ਤੇ ਹਰ ਵਕਤ ਬੋਲਦਾ ਹਰ ਮੌਸਮ ਵਿੱਚ ਬੋਲਦਾ ਪਰ ਕੋਇਲ ਨਹੀਂ ਕੋਇਲ ਉਡੀਕਦੀ ਰਹਿੰਦੀ ਕਦੋਂ ਅੰਬਾਂ ਨੂੰ ਬੂਰ ਪਏ ਤੇ ਮੈਂ ਅੰਬ ਦੀ ਟਾਹਣੀ ਤੇ ਬੋਲਾਂ ਬਸ ਹੋਰ ਮੇਰੇ ਬੋਲਣ ਦਾ ਕੋਈ ਕੰਸਰਨ ਨਹੀਂ ਉਹ ਪਕਿਆ ਲੋਕ ਕਾਂ ਨੂੰ ਕਾਂ ਕਾਂ ਹੀ ਸਮਝਦੇ ਨੇ ਜਿਹੜਾ ਥਾਂ ਕੋ ਥਾਂ ਨਹੀਂ ਜਾਣਦਾ ਵੀ ਇੱਥੇ ਬੋਲਣਾ ਇੱਥੇ ਨਹੀਂ ਬੋਲਣਾ ਉਹ ਫਿਰ ਕਾਂ ਵਾਲੀ ਕਾਂ ਕਾਂ ਹੋ ਜਾਂਦੀ ਕੋਇਲ ਵਾਲੇ ਮਿੱਠੇ ਬੋਲ ਹਰ ਕੋਈ ਪ੍ਰਵਾਨ ਕਰਦਾ ਹੈ ਹਰ ਕੋਈ ਉਹਦੇ ਸਾਹਮਣੇ ਸਿਰ ਝੁਕਾਉਂਦਾ ਹੈ ਇਸ ਲਈ ਬੋਲਣਾ ਵੀ ਸਿੱਖਣਾ ਪੈਂਦਾ ਹੈ ਗੁਰੂ ਨੇ ਐਵੇਂ ਨਹੀਂ ਆਖ ਦਿੱਤਾ ਜਿੱਤ ਬੋਲੀ ਹੈ ਮਤ ਪਾਈ ਹੈ ਜਿੱਤ ਬੋਲੀ ਹੈ ਮਤ ਪਾਈ ਹੈ ਸੋ ਬੋਲਿਆ ਪਰਵਾਨ ਅਸੀਂ ਗੁਰੂ ਨੂੰ ਵੀ ਗਲਤ ਆਖਣ ਤੋਂ ਆਪਣੇ ਬੋਲਣ ਦੀ ਸੰਕੋਚ ਨਹੀਂ ਕਰਦੇ ਉਹਦੇ ਨਾਲ ਵਿਵਾਦ ਵੱਧਦਾ ਹੈ ਘਟਦਾ ਨਹੀਂ ਗੁਰੂ ਨੇ ਬਾਣੀ ਵੀ ਰੱਖ ਦਿੱਤਾ ਕਹਿਣ ਲੱਗੇ ਵਾਧਾ ਕੀ ਕਰਨ ਕਹਾਣੀਆਂ ਜਿਹੜੇ ਸਿਰਫ ਝਗੜੇ ਵਧਾਉਣ ਦੀ ਗੱਲਾਂ ਕਰਦੇ ਨੇ ਕੇਵਲ ਝਗੜੇ ਹੀ ਉਹਨਾਂ ਦੇ ਬੋਲਣ ਤੋਂ ਪੈਦਾ ਹੁੰਦੇ ਨੇ ਸੋ ਇਸ ਲਈ ਗੁਰੂ ਕੋਲੋਂ ਬੋਲਣਾ ਸਿੱਖਣਾ ਹੈ ਉਹਦੀ ਗਹਿਰਾਈ ਵਿੱਚ ਜਾ ਕੇ ਇਤਿਹਾਸ ਵੀ ਗੁਰਬਾਣੀ ਦੀ ਰਾਹੀਂ ਪੜ੍ਹਨਾ ਹੈ ਕਿਉਂਕਿ ਗੁਰਬਾਣੀ ਦੇ ਗੁਰੂ ਨਾਨਕ ਦੇ ਇਤਿਹਾਸ ਗੁਰਬਾਣੀ ਵਿੱਚ ਜੋ ਲਿਖਿਆ ਉੱਥੇ ਸਾਬਤ ਕਰ ਦਿੱਤਾ ਗਿਆ ਹੈ ਕਿ ਮੈਂ ਜੋ ਕੁਝ ਕਰ ਰਿਹਾ ਸਿੱਖਾਂ ਪੁੱਤਰਾਂ ਭੋਖ ਕੇ ਸਭ ਉਮਤ ਵੇਖੇ ਜੋ ਕਿਉਂ ਮੈਂ ਸਿੱਖਾਂ ਪੁੱਤਰਾਂ ਨੂੰ ਕੋਖਿਆ ਜੇ ਗੁਰੂ ਨਾਨਕ ਸਿੱਖਾਂ ਪੁੱਤਰਾਂ ਨੂੰ ਕੋਖਦਾ ਤੇ ਗੁਰੂ ਰਾਮਦਾਸ ਸਾਹਿਬ ਨੇ ਪੁੱਤਰ ਪ੍ਰਿਥੀ ਚੰਦ ਨੂੰ ਕੋਖ ਲਿਆ ਫਿਰ ਕਿਹੜੀ ਗਲਤੀ ਹੋ ਗਈ ਜੇ ਗੁਰੂ ਨਾਨਕ ਸਿੱਖਾਂ ਪੁੱਤਰਾਂ ਨੂੰ ਗੁਰਬਾਣੀ ਰਾਹੀਂ ਕੋਖਦਾ ਤੇ ਗੁਰੂ ਹਰਿਰਾਏ ਸਾਹਿਬ ਨੇ ਰਾਮ ਰਾਏ ਨੂੰ ਪਹਿਲਾਂ ਕੋਖ ਲਿਆ ਤੇ ਕਿਹੜੀ ਗਲਤੀ ਹੋ ਗਈ ਦੇਖ ਗੁਰੂ ਨੂੰ ਗਲਤੀ ਨਾ ਆਖ ਉਹਦੀ ਸੋਧਨ ਦਾ ਤਰੀਕਾ ਵੇਖ ਦੁਨੀਆਂ ਦੇ ਸਾਹਮਣੇ ਇੱਕ ਸੱਚਾਈ ਪੇਸ਼ ਕਰ ਰਿਹਾ ਕਿਉਂਕਿ ਰੱਬ ਦੇ ਫੈਸਲੇ ਜਿਹੜੇ ਨੇ ਉਹ ਗੁਰੂ ਦੇ ਹਿਰਦੇ ਵਿੱਚ ਬੈਠ ਕੇ ਹੁੰਦੇ ਨੇ ਇਸ ਲਈ ਗੁਰੂ ਕਦੀ ਗਲਤੀ ਨਹੀਂ ਕਰਦਾ ਜੇ ਗੁਰੂ ਨੂੰ ਅਸੀਂ ਗਲਤ ਆਖਾਂਗੇ ਤੇ ਅੰਦਰ ਬੈਠੇ ਹੋਏ ਰੱਬ ਨੂੰ ਵੀ ਗਲਤ ਆਖਾਂਗੇ ਤੇ ਫਿਰ ਦੋਨੋਂ ਚੀਜ਼ਾਂ ਗੁਰੂ ਦੇ ਫੈਸਲੇ ਦੇ ਉਲਟ ਹੋ ਜਾਣਗੀਆਂ ਕਿ ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾਰ ਜਦੋਂ ਅਸੀਂ ਇਸ ਵਿਸ਼ਵਾਸ ਵਿੱਚ ਆ ਜਾਵਾਂਗੇ ਤਾਂ ਗੁਰਸਿੱਖ ਬਣਾਂਗੇ ਤੇ ਜਦੋਂ ਅਸੀਂ ਗੁਰਸਿੱਖ ਗੁਰੂ ਪ੍ਰਤੀ ਵੀ ਬਣ ਜਾਈਏ ਚਲੋ ਆਪਸੀ ਵਿਰੋਧ ਸਹੀ ਚੱਲਦਾ ਜੇ ਅਸੀਂ ਗੁਰੂ ਪ੍ਰਤੀ ਵੀ ਵਫਾਦਾਰ ਇੱਕੋ ਜਿਹੇ ਹੋ ਜਾਈਏ ਸਾਰੇ ਅਸੀਂ ਇੱਕੋ ਗੁਰੂ ਦੇ
ਸਭ ਨੇ ਸਿਰ ਝੁਕਾ ਦੇਈਏ, ਸਾਡਾ ਇਹ ਅਨੇਕਤਾ ਦਾ ਆਪਸੀ ਦੁਬਦਾ ਦਾ ਰੋਗ ਹੀ ਦੂਰ ਹੋ ਜਾਏ। ਇਹ ਪੀੜਾ ਜਿਹੜੀ ਅੱਜ ਸਾਰੇ ਸਿੱਖ ਸੰਸਾਰ ਨੂੰ ਸਤਾ ਰਹੀ ਹੈ ਕਿ ਸਿੱਖੀ ਵਿੱਚ ਏਕਤਾ ਨਹੀਂ ਅਨੇਕਤਾ ਹੈ, ਇਹਨਾਂ ਸਾਰੀਆਂ ਦਾ ਇਲਾਜ ਵੀ ਇੱਕੋ ਹੈ। ਗੁਰੂ ਨੇ ਇਸੇ ਸ਼ਬਦ ਦੀ ਆਖਰੀ ਲੈਣ ਵਿੱਚ ਦੇ ਦਿੱਤਾ। ਪਹਿਲਾਂ ਕਹਿੰਦੇ ਨੇ ਕਿ ਗੁਰਸਿੱਖਾਂ ਕੇ ਮਨ ਭਰਦੀ, ਗੁਰ ਸਤਿਗੁਰ ਕੀ ਵਡਿਆਈ, ਇਹ ਨਿਸ਼ਾਨੀ ਹੈ ਸਿੱਖ ਦੀ। ਅਤੇ ਫਿਰ ਅਖੀਰ 'ਤੇ ਇਸ ਗੱਲ ਦਾ ਜਵਾਬ ਬਿਲਕੁਲ ਹੂਬ ਬਹਲ ਦਿੰਦੇ ਨੇ, ਕਹਿੰਦੇ ਨੇ ਇਹੋ ਜਿਹੇ ਗੁਰਸਿੱਖ ਜਿਹੜੇ ਨੇ ਉਹ ਤਾਂ ਮੇਰੇ ਭਾਈ ਮਿੱਤਰ ਨੇ, ਮੈਂ ਉਹਨਾਂ ਦਾ ਦੁਸ਼ਮਣ ਉਹਨਾਂ ਦਾ ਵਿਰੋਧੀ ਕਦੀ ਨਹੀਂ ਹੋ ਸਕਦਾ, ਮੇਰੀ ਉੱਥੇ ਏਕਤਾ ਹੀ ਏਕਤਾ ਹੈ। ਅਖੀਰਲੀ ਲੈਂਗੁਏਜ ਕਹਿੰਦੇ ਨੇ ਜਿਹੜਾ ਗੁਰੂ ਨੂੰ ਗਲਤੀ ਆਖੇਗਾ, ਜਿਹੜਾ ਗੁਰੂ ਦੀ ਵਡਿਆਈ 'ਤੇ ਕੋਈ ਇਲਜ਼ਾਮ ਖੜਾ ਕਰੇਗਾ। ਪਰ ਨਹੀਂ, ਇਹ ਸਾਡੀ ਹਉਮੈ ਅਹੰਕਾਰ ਅਤੇ ਮੂਰਖਤਾ ਦੀ ਨਿਸ਼ਾਨੀ ਹੈ ਕਿ ਅਸੀਂ ਗੁਰੂ ਨੂੰ ਵੀ ਗਲਤ ਆਖਣ ਤੋਂ ਸੰਕੋ ਨਹੀਂ ਕਰ ਰਹੇ, ਬਲਕਿ ਸਮਝਣ ਦੀ ਲੋੜ ਹੈ। ਜਵਾਬ ਕਿੱਡਾ ਖੂਬਸੂਰਤ ਬਣਦਾ ਹੈ ਕਿ ਮੇਰੇ ਗੁਰੂ ਨੇ ਇਹ ਆਖਿਆ, ਜਾਂ ਸੁਧ ਹੋਸ ਤਾਂ ਲੈਣਾ ਟਿੱਕਿਆ। ਇਸ ਲਈ ਗੁਰੂ ਰਾਮਦਾਸ ਸਾਹਿਬ ਨੇ ਪਰਖ ਲਈ ਪ੍ਰਿਥੀ ਚੰਦ ਨੂੰ ਸਮਾਂ ਦਿੱਤਾ ਹੈ, ਜਿਵੇਂ ਗੁਰੂ ਨਾਨਕ ਨੇ ਪਰਖ ਲਈ ਹਰ ਪਰਖ ਦੇ ਸਮੇਂ ਸ੍ਰੀ ਚੰਦ ਨੂੰ ਸਮਾਂ ਦਿੱਤਾ ਹੈ। ਗੁਰੂ ਹਰਿਰਾਇ ਸਾਹਿਬ ਨੇ ਪਰਖ ਲਈ ਜਿਹੜੇ ਦਾਅਵੇਦਾਰ ਸਨ ਉਹਨਾਂ ਨੂੰ ਕਰਨੀ ਸੀ, ਗੁਰੂ ਹਰਿਰਾਇ ਸਾਹਿਬ ਨੇ ਪਰਖ ਲਈ ਰਾਮ ਰਾਏ ਨੂੰ ਸਮਾਂ ਦਿੱਤਾ ਹੈ, ਅਤੇ ਪਰਖ ਤੋਂ ਬਾਅਦ ਫੈਸਲਾ ਕੀਤਾ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ, ਪਰਖ ਤੋਂ ਬਾਅਦ ਫੈਸਲਾ ਕੀਤਾ ਹੈ ਗੁਰੂ ਅਰਜਨ ਸਾਹਿਬ ਦਾ, ਪਰਖ ਤੋਂ ਬਾਅਦ ਫੈਸਲਾ ਕੀਤਾ ਹੈ ਬਾਬੇ ਲਹਿਣੇ ਦਾ। ਗੁਰੂ ਦੀ ਵਡਿਆਈ ਇਸ ਗੱਲ ਵਿੱਚ ਹੈ, ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇ ਖਾਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।